ਸਾਡਾ ਟੀਵੀ ਯੂਐਸਏ ਦੇਖ ਰਹੇ ਤੇ ਸਾਡਾ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਤੇ ਦਰਸ਼ਕਾਂ ਦਾ ਨਿੱਘਾ ਸਵਾਗਤ। ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਬਾਰੇ, ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਸਟੋਰੀ ਸਾਂਝੀ ਕਰਨੀ ਹੈ। ਟਾਈਟੈਨਿਕ ਜਹਾਜ਼ ਜਦੋਂ ਡੁੱਬ ਰਿਹਾ ਸੀ ਤਾਂ ਥੋੜ੍ਹੀ ਦੂਰੀ ਦੇ ਉੱਤੇ ਮੱਛੀਆਂ ਦਾ ਇੱਕ ਗੈਰ ਕਾਨੂੰਨੀ ਸ਼ਿਕਾਰ ਕਰਦੇ ਹੋਏ ਜਹਾਜ਼ ਦੇ ਅਮਲੇ ਨੇ ਸਿਗਨਲ ਮਿਲਣ ਦੇ ਬਾਵਜੂਦ ਵੀ ਮਦਦ ਕਰਨ ਤੋਂ ਮੂੰਹ ਫੇਰ ਲਿਆ ਸੀ ਕਿ ਕਿਤੇ ਫੜੇ ਹੀ ਨਾ ਜਾਈਏ। ਸਿਰਫ 14 ਮੀਲ ਦੂਰ ਇੱਕ ਹੋਰ ਜਹਾਜ਼ ਦਾ ਕੈਪਟਨ ਇਹ ਸੋਚ ਕੇ ਗੂੜੀ ਨੀਂਦਰ ਸੌਂ ਗਿਆ ਸੀ ਕਿ ਹੁਣ ਅੱਧੀ ਰਾਤ ਦੇ ਵੇਲੇ ਕਿਹੜਾ ਪੰਗਾ ਲਵੇ, ਸਵੇਰੇ ਹੋ ਤਾਂ ਦੇਖੀ ਜਾਊਗੀ। ਤੀਜਾ ਜਹਾਜ਼ ਜਿਹੜਾ ਉੱਥੋਂ ਤਕਰੀਬਨ 56 ਮੀਲਾਂ ਦੀ ਦੂਰੀ 'ਤੇ ਸੀ ਬਚਾਅ ਦੇ ਲਈ ਪਹੁੰਚਿਆ ਅਤੇ ਤਕਰੀਬਨ 700 ਯਾਤਰੀ ਮੌਤ ਦੇ ਮੂੰਹ ਤੋਂ ਉਹਨੇ ਬਚਾ ਲਏ। ਜਹਾਜ਼ ਦੇ ਕੈਪਟਨ ਨੇ ਬਾਅਦ ਵਿੱਚ ਦੱਸਿਆ ਕਿ ਬੁਰੇ ਬੁਰੇ ਖਿਆਲ ਤਾਂ ਮੇਰੇ ਮਨ ਵਿੱਚ ਵੀ ਆਏ ਸੀ, ਪਰ ਕੋਈ ਅੰਦਰੂਨੀ ਤਾਕਤ ਮੈਨੂੰ ਹਲਾਸ਼ੇਰੀ ਦੇ ਰਹੀ ਸੀ ਕਿ ਅੱਗੇ ਵੱਧ, ਇਸ ਵੇਲੇ ਕਿਸੇ ਜਗ੍ਹਾ 'ਤੇ ਤੇਰੀ ਬੇਹੱਦ ਲੋੜ ਆ। ਹੁਣ ਆਉਂਦੇ ਹਾਂ ਜਸਵੰਤ ਸਿੰਘ ਖਾਲੜਾ ਜੀ 'ਤੇ। ਅਪ੍ਰੈਲ 1995 ਜਦੋਂ ਜਸਵੰਤ ਸਿੰਘ ਖਾਲੜਾ ਜੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਸ਼ਮਸ਼ਾਨ ਘਾਟਾਂ ਦੇ ਵਿੱਚ ਅਣਪਛਾਤੀਆਂ ਆਖ ਕੇ ਫੂਕ ਦਿੱਤੀਆਂ ਹਜ਼ਾਰਾਂ ਲਾਸ਼ਾਂ ਦੀ ਅਸਲੀਅਤ ਬਿਆਨ ਕਰ ਰਹੇ ਸੀ ਅਤੇ ਦਸਤਾਵੇਜ਼ ਦਿਖਾ ਰਹੇ ਸੀ ਤਾਂ ਕਈ ਗੋਰੇ MP ਵੀ ਕੰਬ ਉੱਠੇ ਸੀ। ਉਹ ਕਹਿਣ ਲੱਗੇ ਕਿ ਜੇ ਇਹ ਬੰਦਾ ਵਾਪਸ ਗਿਆ ਤਾਂ ਪੱਕੀ ਗੱਲ ਆ ਖਤਮ ਕਰ ਦਿੱਤਾ ਜਾਊਗਾ, ਸੋ ਇਹਨੂੰ ਪਰਿਵਾਰ ਸਣੇ ਕੈਨੇਡਾ ਦੀ ਪੱਕੀ ਨਾਗਰਿਕਤਾ ਦਵਾ ਦੇਣੀ ਚਾਹੀਦੀ ਆ। ਪਰ ਅਗਲੇ ਦਿਨ ਵਾਪਸੀ ਦੀ ਫਲੈਟ ਸੀ। ਦੋਸਤ ਮਿੱਤਰ ਸਾਰੀ ਰਾਤ ਸਮਝਾਉਂਦੇ ਰਹੇ ਕਿ ਤੇਰੀ ਮੌਤ ਦਾ ਪਰਵਾਨਾ ਲਿਖਿਆ ਜਾ ਚੁੱਕਾ, ਵਾਪਸ ਨਾ ਜਾ। ਬਾਕੀ ਪਰਿਵਾਰ ਵੀ ਇੱਥੇ ਸੱਦ ਲੈਂਦੇ ਆ, ਪਰ ਅੱਗੋਂ ਰੱਬ ਦਾ ਬੰਦਾ ਇਹ ਹੀ ਆਖਦਾ ਰਿਹਾ ਕਿ ਜੇ ਮੈਂ ਵਾਪਸ ਨਾ ਗਿਆ ਤਾਂ ਉਹਨਾਂ ਮਜ਼ਲੂਮ ਪਰਿਵਾਰਾਂ ਦਾ ਕੀ ਬਣੂ ਜਿਹੜੇ ਮੇਰੀ ਤਸੱਲੀ ਅਤੇ ਮੇਰੇ ਨਾਲ ਇਸ ਮੁਹਿੰਮ ਦੇ ਵਿੱਚ ਮੇਰੇ ਨਾਲ ਤੁਰੇ ਸੀ। ਸੋ ਹੁਣ ਜੋ ਵੀ ਹੁੰਦਾ ਦੇਖੀ ਜਾਊ। 6 ਸਤੰਬਰ 1995 ਦੀ ਸਵੇਰੇ ਕੋਈ 9:15 ਉਹਨਾਂ ਦੀ ਕਬੀਰ ਪਾਰਕ ਵਾਲੀ ਜਿਹੜੀ ਰਿਹਾਇਸ਼ ਆ ਉਹਦੇ ਵਿੱਚ ਅਚਾਨਕ ਯੂਨੀਵਰਸਿਟੀ ਨੂੰ ਨੌਕਰੀ ਨੂੰ ਤੁਰੀ ਜਾਂਦੀ ਪਤਨੀ ਬੀਬੀ ਪਰਮਜੀਤ ਕੌਰ ਕੋਲ ਜਾ ਕੇ ਪੁੱਛਣ ਲੱਗੇ, ਬੱਚੇ ਪੜ੍ਹਾ ਲਵੇਂਗੀ ਇਕੱਲੀ? ਅਤੇ ਅੱਗੇ ਹੱਸਦੀ ਹੋਈ ਕਹਿਣ ਲੱਗੀ ਕਿ ਅੱਗੇ ਵੀ ਤਾਂ ਗੁਰੂ ਆਸਰੇ ਪੜ੍ਹਦੇ ਆ, ਪਰ ਅੱਜ ਇੰਜ ਦੀਆਂ ਗੱਲਾਂ ਕਿਉਂ? ਅੱਗੇ ਚੁੱਪ ਕਰ ਗਿਆ ਅਤੇ ਕੰਮੇ ਲੱਗ ਗਿਆ। ਸ਼ੇਰ ਦਾ ਪੁੱਤ ਆਪਣਾ ਅੰਜਾਮ ਚੰਗੀ ਤਰ੍ਹਾਂ ਜਾਣਦਾ ਸੀ, ਨਤੀਜੇ ਭੁਗਤਣ ਦੇ ਵਾਸਤੇ ਤਿਆਰ ਪਰ ਤਿਆਰ ਸੀ। ਉਹ ਵੀ ਉਸ ਵੇਲੇ ਜਦੋਂ ਸਿਸਟਮ ਦੀ ਮਰਜ਼ੀ ਦੇ ਬਗੈਰ ਪੱਤਾ ਵੀ ਨਹੀਂ ਸੀ ਹਿੱਲ ਸਕਦਾ। ਪਾਣੀ ਦੇ ਵਹਾਅ ਦੇ ਉਲਟ ਤਾਰੀ ਜੋ ਲਾਈ ਸੀ ਅਗਲੇ ਨੇ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ, ਸਮੇਂ ਦੀ ਸਰਕਾਰ ਇਸ ਗੀਤ ਦੀਆਂ ਕੈਸਟਾਂ ਨੂੰ ਵੀ ਦੁਕਾਨਾਂ ਤੋਂ ਜ਼ਬਤ ਕਰ ਲੈਂਦੀ ਸੀ ਉਦੋਂ, ਇਹੋ ਜਿਹੇ ਹਾਲਾਤ ਸੀ। ਕਹਿੰਦੇ ਆ ਕਿ ਜਦੋਂ ਬਹੁਤ ਸਾਰਾ ਤਸ਼ੱਦਦ ਝੱਲਿਆ ਉਹਨਾਂ ਨੇ ਅਤੇ ਅਜੀਤ ਸਿੰਘ ਸੰਧੂ ਦੇ ਫਾਰਮ ਤੋਂ ਹਰੀਕੇ ਵੱਲ ਨੂੰ ਆਖਰੀ ਸਫ਼ਰ 'ਤੇ ਲੈ ਕੇ ਜਾ ਰਹੇ ਸੀ ਤਾਂ ਜਿਪਸੀ ਦੇ ਮਗਰ ਆਸਰਾ ਦੇ ਕੇ ਬਿਠਾਇਆ ਹੋਇਆਂ ਨੂੰ ਸਿਪਾਹੀ ਕਹਿਣ ਲੱਗਾ ਕਿ ਜੇ ਵੱਡੇ ਸਾਹਿਬ, ਮਤਲਬ ਕਿ ਗਿੱਲ ਦੀ ਗੱਲ ਮੰਨ ਲਈ ਹੁੰਦੀ ਤਾਂ ਆਪ ਵੀ ਬਚ ਜਾਂਦਾ ਅਤੇ ਸਾਨੂੰ ਵੀ ਇਹ ਕੰਮ ਨਾ ਕਰਨਾ ਪੈਂਦਾ। ਅਤੇ ਅੱਗਿਓਂ ਜਿਹੜੇ ਬਚੇ ਖੁਸ਼ੇ ਸਾਹ ਸੀ ਉਹਨਾਂ ਨੂੰ ਬਟੋਰਦਾ ਹੋਇਆ ਕਹਿਣ ਲੱਗਾ ਕਿ ਜੋ ਕੁਝ ਵੀ ਹੋ ਰਿਹਾ ਆ ਉਹਦੇ ਭਾਣੇ ਅੰਦਰ ਹੀ ਹੋ ਰਿਹਾ। ਖਾਲੜਾ ਸਾਹਿਬ ਦੀ ਧੀ ਦੱਸਦੀ ਹੈ ਕਿ ਜਦੋਂ ਇਹ ਪੱਕਾ ਹੋ ਗਿਆ ਕਿ ਖਾਲੜਾ ਸਾਹਿਬ ਵੀ ਉਸੇ ਲੀਹੇ ਮੁਕਾ ਦਿੱਤੇ ਗਏ ਆ ਜਿਸ ਲੀਹੇ ਕਦੀ 25,000 ਲਾਸ਼ਾਂ ਦਾ ਨਾਮੋ ਨਿਸ਼ਾਨ ਮਿਟਿਆ ਸੀ, ਤਾਂ ਕਈ ਰਿਸ਼ਤੇਦਾਰੀਆਂ ਨੇ ਮੂੰਹ ਮੋੜ ਲਿਆ, ਦੋਸਤ ਮਿੱਤਰ ਮਿਲਣੋਂ ਹਟ ਗਏ, ਜਾਣਕਾਰ ਵੀ ਕੰਨੀ ਕਤਰਾਉਣ ਲੱਗੇ, ਕਈ ਗਵਾਹ ਸੋਨੇ ਚਾਂਦੀ ਦੀ ਤੱਕੜੀ ਵਿੱਚ ਤੁੱਲ ਕੇ ਮੁੱਕਰ ਵੀ ਗਏ। ਧਮਕੀ ਭਰੇ ਫੋਨ ਅਕਸਰ ਹੀ ਆਉਂਦੇ ਸੀ, ਆਖੇ ਕੇਸ ਦੀ ਪੈਰਵੀ ਨਾ ਕਰੋ, ਮੂੰਹ ਮੰਗੇ ਪੈਸੇ ਲੈ ਲਓ, ਪਰ ਗੁਰੂ ਆਸਰੇ ਤੁਰਿਆ ਇਹ ਪਰਿਵਾਰ ਨਿਸ਼ਾਨੇ ਤੋਂ ਨਾ ਥਿੜਕਿਆ। ਅਤੇ ਫਿਰ 97 ਨੂੰ ਪੰਥਕ ਅਕਾਲੀ ਸਰਕਾਰ ਬਣੀ। ਉਹ ਬੰਦਾ ਜਿਹੜਾ ਅਕਸਰ ਹੀ ਆਖਿਆ ਕਰਦਾ ਸੀ ਕਿ ਬੀਬੀ ਜੀ ਸਾਡੀ ਸਰਕਾਰ ਆ ਲੈਣ ਦਿਓ, ਇਨਸਾਫ ਜ਼ਰੂਰ ਮਿਲੂਗਾ, ਪਰ ਰਾਜ ਤਿਲਕ ਦੀ ਖੁਮਾਰੀ ਵਿੱਚ ਅੰਨੇ ਹੋਏ ਇਸ ਧਰਿਤ ਰਾਸ਼ਟਰ ਦਾ ਜਵਾਬ ਬੜਾ ਹੀ ਅਜੀਬ ਅਤੇ ਸ਼ਰਮਨਾਕ ਸੀ
कि बीबी जी छड़ो खेड़ा हुण तशरीफ दा, जाण वाला तो चला गया। कोई निक्की मोटी मिनिस्टरी लै लो, जिहड़ी मर्जी चेयरमैनी ते उंगल रखो मिल जूगी। बच्चे भी बाहर सैटल करवा दिंदे आ, अपने घरां विच सेफ हाँ। असीं वड्डे दुनियादार पर बहुत बरीक के समझनी ये धर्म युद्धां दी कार। कहिंदे आ कि एक वारी एक जंगल नूं अग लग गई सी, ते दौड़े जांदे जानवरां ने देखिया कि एक निक्की जिही चिड़ी चुंझ दे विच पाणी भर के अग बुझाउण नूं लगी हुई आ। ते दौड़े जांदे जानवर टीचरां करदे आ, कहिण लगे कि तेरे चुंझ भर पाणी दे नाल किहड़ा कोई फर्क पै जाणा। ते अग्गों चिड़ी कहिंदी फर्क पवे भावें ना, पर जदों कदी जंगल दा इतिहास लिखिया जाऊगा ना, मेरा नाम भज्जण वालियां विच नहीं सगों अग बुझाउण वालियां दी लिस्ट विच दर्ज होना आ। सो तरास दी इह आ कि जिहड़े अग लगी ते भज उठे सी, अज फिर वापस परत के उस जंगल ते राज कर रहे आ। ते चुंझ नाल पाणी पाउण वाली चिड़ी थां थां ते अपमानित हो रही आ। सो अज दा इह प्रोग्राम तुहाडे वास्ते लिखिया सी हरप्रीत सिंह जी जवंदा ने, उन्हां दा बहुत बहुत धन्नवाद। और तुहानूं इह प्रोग्राम किदां दा लगा सानूं अपना फीडबैक जरूर दिओ। बहुत बहुत धन्नवाद जी।